ਅੰਮ੍ਰਿਤਸਰ ਕੇਸਰੀ ਪੇਜ ਦੇਖਣ ਵਾਲੇ ਸਾਰੇ ਦੋਸਤਾਂ ਦਾ ਸਵਾਗਤ ਹੈ। ਦੋਸਤੋ, ਦਿਆਤੀ ਦੀ CIS ਟੀਮ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ। ਤਾਂ ਇਸ ਵੇਲੇ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਵੱਲੋਂ 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਕਿ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਅੱਗੇ ਸਪਲਾਈ ਕਰਨ ਦਾ ਕੰਮ ਕਰਦੇ ਸੀ। ਤਾਂ ਜਦੋਂ ਪੁਲਿਸ ਨੂੰ ਇਤਲਾਹ ਮਿਲਦੀ ਹੈ ਤਾਂ ਇਹਨਾਂ 3 ਨੌਜਵਾਨਾਂ ਨੂੰ ਕਾਬੂ ਕਰ ਲਿਆ ਜਾਂਦਾ। ਤਾਂ ਪਹਿਲਾਂ ਅਸੀਂ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ। ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੇ ਅਗਲੇ ਪਾਸੇ ਜਿਹੜੇ ਡੱਬਿਆਂ ਦੇ ਵਿੱਚ ਸਮਾਨ ਪਿਆ ਹੋਇਆ, ਤਾਂ ਇਸ ਦੇ ਵਿੱਚ ਹੈਰੋਇਨ ਤਾਂ ਨਾਲ ਜਿਹੜੀ ਨਗਦੀ ਬਰਾਮਦ ਹੋਈ ਹੈ, ਤਾਂ ਉਸਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰਦੇ ਪਿਆ। ਤਾਂ ਇੱਕ ਵਾਰ ਤੁਹਾਡੇ ਨਾਲ ਤਸਵੀਰ ਸਾਂਝੀ ਕਰ ਦਿੰਦੇ ਹਾਂ। ਤਾਂ ਪਿਛਲੇ ਪਾਸੇ ਜਿਹੜੇ 3 ਨੌਜਵਾਨ ਦਿਖਾਈ ਦੇ ਰਹੇ ਨੇ, ਤਾਂ ਇਹ ਕਾਫੀ ਲੰਬੇ ਸਮੇਂ ਤੋਂ ਜਿਹੜਾ ਪਾਕਿਸਤਾਨ ਤੋਂ ਨਸ਼ਾ ਮੰਗਵਾ ਕੇ ਲਗਾਤਾਰ ਵੱਖ ਵੱਖ ਜਗ੍ਹਾ ਦੇ ਉੱਪਰ ਸਪਲਾਈ ਕਰਨ ਦਾ ਕੰਮ ਕਰਦੇ ਪਏ ਸੀ। ਜਦੋਂ ਪੁਲਿਸ ਨੂੰ ਤਲਾਹ ਮਿਲਦੀ ਹੈ ਤਾਂ ਇਹਨਾਂ ਦੇ ਕੋਲੋਂ 6 ਕਿਲੋ ਹੈਰੋਇਨ, 1,70,000 ਰੁਪਏ ਡਰੱਗ ਮਨੀ, ਤਾਂ 1 ਬੁਲਟ ਮੋਟਰਸਾਈਕਲ, ਤਾਂ 1 ਮੋਟਰਸਾਈਕਲ ਸਿਟੀ 110, ਤਾਂ ਉਹ ਜਿਹੜਾ ਵਾ ਮੌਕੇ ਤੇ ਹੀ ਬਰਾਮਦ ਕਰ ਲਿਆ ਜਾਂਦਾ। ਤਾਂ ਤੁਸੀਂ ਵੇਖ ਸਕਦੇ ਹੋ ਕਿ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਵੱਡੀ ਕਾਮਯਾਬੀ ਜਿਹੜੀ ਹਾਸਲ ਕੀਤੀ ਗਈ ਹੈ, ਉਸਦੀ ਤਸਵੀਰ ਪਹਿਲਾਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤਾਂ ਹੁਣ ਅਸੀਂ ਗੱਲਬਾਤ ਵੀ ਕਰਾਂਗੇ CIA ਦੇ DSP ਇੰਦਰਜੀਤ ਸਿੰਘ ਹੁਣਾਂ ਨਾਲ, ਤਾਂ ਪੂਰੀ ਜਾਣਕਾਰੀ ਵੀ ਉਹਨਾਂ ਤੋਂ ਹਾਸਲ ਕਰਦੇ ਹਾਂ। ਤਾਂ ਸਰ, ਕੀ ਕਹਿਣਾ ਚਾਹੁੰਦੇ ਹੋ, ਵੱਡੀ ਕਾਮਯਾਬੀ ਅੱਜ ਹਾਸਲ ਹੋਈ ਹੈ, 3 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੀ। ਮਾਨਯੋਗ SSP ਸਾਹਿਬ ਸਰਦਾਰ ਸਤਿੰਦਰ ਸਿੰਘ ਜੀ, ਅੰਮ੍ਰਿਤਸਰ ਰੂਰਲ, ਜਿਨ੍ਹਾਂ ਦੀਆਂ ਹਦਾਇਤਾਂ 'ਤੇ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਹੋਈ ਆ, ਦੇ ਚੱਲਦਿਆਂ ਕੱਲ੍ਹ CIA ਸਟਾਫ ਨੂੰ ਵੱਡੀ ਸਫਲਤਾ ਮਿਲੀ ਹੈ। ਜਿਹੜਾ ਅਜਨਾਲਾ ਏਰੀਆ ਦੇ ਨਾਕਾਬੰਦੀ ਦੇ ਦੌਰਾਨ 3 ਨੌਜਵਾਨਾਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 6 ਕਿਲੋ ਹੈਰੋਇਨ, 1,70,000 ਦੀ ਡਰੱਗ ਮਨੀ, 2 ਮੋਟਰਸਾਈਕਲ ਬਰਾਮਦ ਕੀਤੇ। ਇਹਨਾਂ ਦੇ ਲਿੰਕ ਬਣੇ ਕਿੱਦਾਂ ਉਹਨਾਂ ਦੇ ਨਾਲ? ਵੇਖੋ, ਇਹ ਤਫਤੀਸ਼ ਦਾ ਵਿਸ਼ਾ ਆ। ਇਹ ਹੁਣ ਰਿਮਾਂਡ ਲੈ ਕੇ ਇਹਨਾਂ ਪਾਸੋਂ ਬਰੀਕੀ ਨਾਲ ਪੁੱਛਗਿੱਛ ਕਰਾਂਗੇ, ਟੈਕਨੀਕਲੀ ਵੀ ਜਾਂ ਹੋਰ ਜਿਹੜੀ ਸਾਡੇ ਕੋਲ ਇਨਫੋਰਮੇਸ਼ਨ ਹੈਗੀ ਆ ਉਹਦੇ ਤਹਿਤ ਅਸੀਂ ਪੁੱਛਗਿੱਛ ਕਰਕੇ ਫਿਰ ਇਹ ਚੀਜ਼ ਨੂੰ ਜਿਹੜਾ ਕਲੀਅਰ ਕਰਾਂਗੇ। ਸਰ, ਪਾਕਿਸਤਾਨ ਦੇ ਵਿੱਚ ਕਿਹੜੇ ਨੌਜਵਾਨ ਨੇ ਜਿਹੜੇ ਲਗਾਤਾਰ ਇਹਨਾਂ ਨੂੰ ਉੱਥੋਂ ਨਸ਼ਾ ਭੇਜਦੇ ਨੇ, ਤਾਂ ਕਿਸ ਤਰ੍ਹਾਂ ਭੇਜਦੇ ਪਏ ਸੀ ਲਗਾਤਾਰ ਉੱਥੋਂ? ਇਹਦੇ ਬਾਰੇ ਸਿਰਫ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਇਹੀ ਪਤਾ ਲੱਗਿਆ ਕਿ ਇਹਨਾਂ ਨੇ ਉੱਥੋਂ ਰਿਸੀਵ ਕੀਤੀ ਹੈ, ਕੋਈ ਇਹਨਾਂ ਨੂੰ ਲੋਕਲ ਬੰਦਾ ਜਿਹੜਾ ਵਾ ਉਹ ਰਿਸੀਵ ਕਰਾ ਕੇ ਗਿਆ ਆ। ਉਹਦੇ ਤੱਕ ਅਸੀਂ ਪਹੁੰਚਾਂਗੇ, ਇਹਨਾਂ ਗੱਲਾਂ ਦਾ ਖੁਲਾਸਾ ਜਿਹੜਾ ਫੇਰ ਹੋ ਸਕਦਾ। ਤੇ ਜੇਕਰ ਅਸੀਂ ਗੱਲ ਕਰੀਏ, ਇਹਨਾਂ 3 ਨੌਜਵਾਨਾਂ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਕਿ ਉਹ ਬੰਦਾ ਕੌਣ ਆ ਜਿਹੜਾ ਲਗਾਤਾਰ ਉੱਥੋਂ ਲਿਆ ਕੇ ਤੁਹਾਨੂੰ ਅੱਗੇ ਦੇ ਰਿਹਾ, ਤਾਂ ਇਹ ਅੱਗੇ ਕਰਦੇ ਕੀ ਨੇ, ਵੇਚਦੇ ਨੇ ਜਾਂ ਫਿਰ ਕੀ ਕਰਦੇ ਨੇ ਅੱਗੇ? ਹਾਂਜੀ, ਵੇਚਣ ਲਈ ਲੋਕਲ ਲੈਵਲ ਦੇ ਉੱਤੇ ਇਹਨਾਂ ਦੀ ਜਿਹੜੀ ਆ ਇਹ ਸਪਲਾਈ ਹੁੰਦੀ ਆ, ਇਹਨੂੰ ਅੱਗੇ ਵੱਖ ਵੱਖ ਜਿਹੜੇ ਛੋਟੇ ਪੈਲਰ ਨੇ ਉਹਨਾਂ ਤੱਕ ਇਹ ਪਹੁੰਚਾਉਂਦੇ ਨੇ। ਅਤੇ ਕੌਣ ਦੇ ਕੇ ਗਿਆ ਵਾ ਇਸ ਸੰਬੰਧੀ ਜਿਹੜਾ ਵਾ ਉਹ ਇਹਨਾਂ ਨੇ, ਤੁਹਾਨੂੰ ਪਤਾ ਹੀ ਅੱਜ ਕੱਲ੍ਹ ਫੇਸ ਕਵਰ ਕੀਤੇ ਹੁੰਦੇ ਆ, ਇਹਨਾਂ ਦੇ ਵੀ ਹੁੰਦੇ ਆ, ਇਹਨਾਂ ਨੂੰ ਇੱਕ ਦੂਜੇ ਦੀ ਜਾਣਕਾਰੀ ਨਹੀਂ ਹੁੰਦੀ, ਉਹ ਫਿਰ ਵੀ ਸਾਡੇ ਕੋਲ ਕਾਫੀ ਇਸ ਸੰਬੰਧੀ ਜਿਹੜਾ ਵਾ ਉਹ ਐਵੀਡੈਂਸ ਹੈਗੀ ਆ, ਜਿਹਦੇ 'ਚ ਉਹਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ। ਤਾਂ ਜੇਕਰ ਅਸੀਂ ਗੱਲ ਕਰੀਏ ਤਾਂ ਕਿੰਨਾ ਕੁ ਨਸ਼ਾ ਹੁਣ ਤੱਕ ਉੱਥੋਂ ਮੰਗਵਾ ਕੇ ਅੱਗੇ ਇਹਨਾਂ ਦੇ ਵੱਲੋਂ ਸਪਲਾਈ ਕਰ ਦਿੱਤਾ ਗਿਆ? ਇਹਦੇ ਵਿੱਚ ਜਿਹੜਾ ਗੋਰਾ ਆ ਜੀ, ਉਹ 2 ਸਾਲ ਤੋਂ ਲੱਗਿਆ, ਉਹ ਵੀ ਕਾਫੀ ਵਾਰਾਂ, ਹੁਣ ਮੈਂ ਤੁਹਾਨੂੰ ਕਲੀਅਰ ਨਹੀਂ ਇਹਦੇ ਬਾਰੇ ਦੱਸਾਂਗਾ, ਕਾਫੀ ਵਾਰ ਉਹ ਖੇਪ ਹਾਸਲ ਕਰ ਚੁੱਕਾ। ਜਿਹੜਾ ਲਖਬੀਰ ਲੱਖਾ, ਉਹ ਵੀ ਕਰੀਬ 1 ਸਾਲ ਤੋਂ ਇਹ ਧੰਦੇ ਦੇ ਵਿੱਚ ਜੁੜਿਆ ਆ, ਜਿੰਨੇ ਵੀ ਕਈ ਖੇਪਾਂ ਜਿਹੜੀਆਂ ਨੇ ਉਹ ਹਾਸਲ ਕੀਤੀਆਂ। ਤੇ ਜੇਕਰ ਅਸੀਂ ਗੱਲ ਕਰੀਏ, ਵੱਡੇ ਮਗਰਮੱਛ ਇਹ ਨੇ ਜਾਂ ਫਿਰ ਹੋਰ ਕੋਈ ਆ ਜਿਹੜਾ ਇਹਨਾਂ ਨੂੰ ਲਗਾਤਾਰ ਪਿੱਛੋਂ ਲਿਆ ਕੇ ਅੱਗੇ ਦੇ ਰਿਹਾ? ਕੋਈ ਨਾ ਕੋਈ ਹੋ ਸਕਦਾ ਜੀ, ਇਹ ਤਾਂ ਹੈਗੀ ਆ, ਇਹਨਾਂ ਕੋਲ ਐਡੀ ਵੱਡੀ ਰਿਕਵਰੀ ਹੋਈ ਆ, ਜਿਹੜਾ ਵੀ ਕੋਈ ਇਹਨਾਂ ਦੇ ਅੱਗੇ ਜਾਂ ਪਿੱਛੇ ਹੋਵੇਗਾ
ਤੇ ਉਹਦੇ ਵਿੱਚ ਉਹਨਾਂ ਨੂੰ ਵੀ ਸ਼ਾਮਿਲ ਕੀਤਾ ਜਾਊਗਾ। ਤਾਂ ਜੇਕਰ ਅਸੀਂ ਗੱਲ ਕਰੀਏ ਜ਼ਿਆਦਾਤਰ ਇਹਨਾਂ ਦੇ ਵੱਲੋਂ ਸ਼ਹਿਰਾਂ ਦੇ ਵਿੱਚ ਜਾ ਕੇ ਸਪਲਾਈ ਕੀਤੀ ਜਾ ਰਹੀ ਹੈ ਜਾਂ ਫਿਰ ਪਿੰਡਾਂ ਦੇ ਵਿੱਚ ਜਾ ਕੇ ਲਗਾਤਾਰ ਸਪਲਾਈ ਕਰਦੇ ਨੇ? ਇਹ ਦੋਨਾਂ ਏਰੀਆ ਦੇ ਵਿੱਚ ਹੀ, ਸ਼ਹਿਰ ਦੇ ਵਿੱਚ ਵੀ ਇਹਨਾਂ ਦੀ ਸਪਲਾਈ ਹੁੰਦੀ ਹੈ ਤੇ ਪੇਂਡੂ ਏਰੀਆ ਦੇ ਵਿੱਚ। ਤਾਂ ਕਿੰਨੀ ਡਰੱਗ ਬਣੀ ਇਹਨਾਂ ਦੇ ਕੋਲੋਂ ਜਿਹੜੀ ਬਰਾਮਦ ਆ ਉਹ ਕੀਤੀ ਗਈ ਹੈ ਜੀ? ਹੁਣ ਕੱਲ 1,70,000 ਰੁਪਇਆ ਰਿਕਵਰੀ ਹੋਈ ਹੈ। ਤਾਂ ਜਿਸ ਤਰ੍ਹਾਂ ਇਹਨਾਂ ਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਣਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਰਿਮਾਂਡ ਹਾਸਲ ਕਰਕੇ ਲੱਗਦਾ ਕਿ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੁੱਛਗਿੱਛ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ? ਬਿਲਕੁਲ ਜੀ, ਇਹਨਾਂ ਦੇ ਫਾਰਵਰਡ ਬੈਕਵਰਡ ਲਿੰਕ ਦਾ ਜਿਹੜਾ ਵਾ ਉਹ ਪਤਾ ਕੀਤਾ ਜਾਵੇਗਾ, ਜਿਹੜੇ ਵੀ ਇਹਨਾਂ ਦੇ ਲਿੰਕ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਾਂਗੇ। ਠੀਕ ਹੈ। ਤਾਂ ਤੁਸੀਂ ਵੇਖਿਆ ਕਿ DSP ਇੰਦਰਜੀਤ ਸਿੰਘ ਹੁਣਾਂ ਦੇ ਨਾਲ ਗੱਲਬਾਤ ਕੀਤੀ ਹੈ। ਫਿਲਹਾਲ ਉਹਨਾਂ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਜਿਹੜੇ ਇਹ 3 ਨੌਜਵਾਨ ਇਹ ਪਾਕਿਸਤਾਨ ਤੋਂ ਜਿਹੜਾ ਨਸ਼ਾ ਮੰਗਵਾਉਂਦੇ ਸੀ ਤਾਂ ਉਸ ਤੋਂ ਬਾਅਦ ਅੱਗੇ ਲਗਾਤਾਰ ਇਹਨਾਂ ਵੱਲੋਂ ਜਾ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਜਾ ਕੇ ਸਪਲਾਈ ਕੀਤੀ ਜਾਂਦੀ ਸੀ, ਤਾਂ ਹੁਣ ਰਿਮਾਂਡ ਹਾਸਲ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਪੁੱਛਗਿੱਛ ਕੀਤੀ ਜਾਏਗੀ। ਜਗਬਾਣੀ TV ਦੇ ਲਈ ਸਾਹਿਲ, ਅੰਮ੍ਰਿਤਸਰ।